ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਬਟ ਜਿਹੜੇ ਪ੍ਰੀਵੀਅਸ ਸਟੂਡੈਂਟਸ ਨੇ ਉਹਨਾਂ ਦੇ ਰਿਜ਼ਲਟ ਦੇਖ ਕੇ ਬਹੁਤ ਜ਼ਿਆਦਾ ਡਰੇ ਹੋਏ ਹੋ ਤੁਹਾਡੀ ਆਲਸ ਹੋ ਗਈ ਤੁਹਾਡੇ ਬੈਂਡ 7 ਆ ਗਏ ਬਟ ਜਦੋਂ ਤੁਸੀਂ ਕਿਸੇ ਏਜੰਟ ਕੋਲ ਕਿਸੇ ਕੰਪਨੀ ਕੋਲ ਕਾਉਂਸਲਿੰਗ ਲੈਣ ਜਾਂਦੇ ਹੋ ਤਾਂ ਉਹ ਸਿਰਫ ਤੁਹਾਨੂੰ ਪੁਰਾਣੇ ਰਿਜ਼ਲਟ ਦਿਖਾ ਕੇ ਜਾਂ ਜਿਹੜੇ ਸਟੂਡੈਂਟਸ ਦੇ ਰਿਜ਼ਲਟ ਪੈਂਡਿੰਗ ਨੇ ਉਹਨਾਂ ਬਾਰੇ ਦੱਸ ਕੇ ਤੁਹਾਨੂੰ ਇਹ ਕਹਿ ਦਿੰਦੇ ਨੇ ਕਿ ਕੈਨੇਡਾ ਤੋਂ ਇਲਾਵਾ ਕੋਈ ਹੋਰ ਕੰਟਰੀ ਚੂਜ਼ ਕਰ ਲਓ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਕਿ ਆਉਣ ਵਾਲਾ ਸਮਾਂ ਕੈਨੇਡਾ ਦਾ ਕਿੱਦਾਂ ਦਾ ਹੋਊਗਾ ਕੀ ਕੈਨੇਡਾ ਦਾ ਟ੍ਰੈਂਡ ਚੱਲ ਰਿਹਾ ਹੈ ਅਤੇ ਵੀਜ਼ਾ ਜਿਹੜੇ ਤੁਸੀਂ ਅਪਲਾਈ ਕਰੋਗੇ ਜਨਵਰੀ ਇਨਟੇਕ ਲਈ ਜਾਂ ਫਿਰ ਮਈ 2022 ਇਨਟੇਕ ਲਈ ਉਹਨਾਂ ਦੇ ਰਿਜ਼ਲਟਸ ਕਿੱਦਾਂ ਰਹਿਣਗੇ ਪੋਜ਼ਿਟਿਵ ਰਹਿਣਗੇ ਜਾਂ ਨੈਗੇਟਿਵ ਰਹਿਣਗੇ ਕਿਹੜੀਆਂ ਪ੍ਰੋਫਾਈਲਸ ਕੈਨੇਡਾ ਦੇ ਵਿੱਚ ਅਸੈਪਟ ਹੋਣਗੀਆਂ ਅਤੇ ਉਹਨਾਂ ਦੇ ਰਿਜ਼ਲਟਸ ਅੱਗੇ ਕਿੰਨੇ ਟਾਈਮ ਤੱਕ ਆਉਣਗੇ ਕੀ ਟਾਈਮਲਾਈਨ ਰਹਿ ਸਕਦੀ ਹੈ ਤੁਹਾਡੇ ਰਿਜ਼ਲਟ ਦੀ ਜੇ ਆਪਾਂ ਹੁਣ ਦੀ ਅੱਜ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦਾ ਜਿਹੜਾ ਰਿਜ਼ਲਟ ਨੇ ਪੋਜ਼ਿਟਿਵ ਨੇ ਆਪਾਂ ਟ੍ਰੈਂਡ ਦੀ ਗੱਲ ਕਰੀਏ ਟ੍ਰੈਂਡ ਇਸ ਟਾਈਮ ਮਿਕਸ ਚੱਲਦਾ ਪਿਆ ਕੁਛ ਸਟੂਡੈਂਟਸ ਨੇ ਜਿਨ੍ਹਾਂ ਦੀ ਕਿ ਪ੍ਰੋਫਾਈਲ ਅਸੈਪਟੇਬਲ ਨਹੀਂ ਹੈਗੀ ਉਹਨਾਂ ਦੀ ਰਿਫਿਊਜ਼ਲਸ ਆ ਰਹੀਆਂ ਨੇ ਬਟ ਜਿਹੜੀਆਂ ਚੰਗੀਆਂ ਪ੍ਰੋਫਾਈਲਸ ਨੇ ਉਹਨਾਂ ਦੇ ਵੀਜ਼ਾ ਵੀ ਆ ਰਹੇ ਨੇ PPR ਦੀ ਗੱਲ ਕਰੀਏ ਤਾਂ PPR 15 ਤੋਂ 20 ਦਿਨ ਦੇ ਵਿੱਚ ਆ ਰਹੀਆਂ ਨੇ ਬਟ ਇੱਥੇ ਸਾਡੇ ਕੋਲ ਕੁਝ ਐਗਜ਼ਾਮਪਲਸ ਨੇ ਕਿ ਬਾਇਓਮੈਟ੍ਰਿਕ ਤੋਂ ਬਾਅਦ ਜਿਹੜੀ PPR ਹੈ ਉਹ ਸਿਰਫ ਔਰ ਸਿਰਫ 3 ਤੋਂ 4 ਦਿਨਾਂ ਦੇ ਵਿੱਚ ਆ ਰਹੀ ਹੈ ਇਸ ਟਾਈਮ PPR ਦੀ ਟਾਈਮਲਾਈਨ ਥੋੜ੍ਹੀ ਜਿਹੀ ਫਾਸਟ ਹੋ ਚੁੱਕੀ ਹੈ ਅਤੇ ਕੈਨੇਡੀਅਨ ਅੰਬੈਸੀ ਵੀ ਬਹੁਤ ਜਲਦੀ ਜਿਹੜਾ ਹੈਗੇ ਨੇ PPRs ਇਸ਼ੂ ਕਰ ਰਹੇ ਨੇ ਬਾਇਓਮੈਟ੍ਰਿਕ ਤੋਂ ਬਾਅਦ ਇਹ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਦੀ ਫਾਈਲਸ ਫਰੈਸ਼ ਲੱਗੀਆਂ ਸੀਗੀਆਂ ਮਹੀਨਾ ਪਹਿਲਾਂ ਜਾਂ ਡੇਢ ਮਹੀਨਾ ਪਹਿਲਾਂ ਜਾਂ ਫਿਰ 20-25-30 ਦਿਨ ਪਹਿਲਾਂ ਉਹਨਾਂ ਦੀ ਬਾਇਓਮੈਟ੍ਰਿਕ ਹੋਈ ਸੀ ਇਹ ਸਿਰਫ ਉਹਨਾਂ ਲਈ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਹੈ PPR ਜਲਦੀ ਆ ਰਹੀ ਹੈ ਇੱਥੇ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਕਿ ਰਿਜ਼ਲਟਸ ਦੇਖ ਕੇ ਜਾਂ ਟ੍ਰੈਂਡ ਦੇਖ ਕੇ ਤੁਸੀਂ ਆਪਣੀ ਕੰਟਰੀ ਬਿਲਕੁਲ ਵੀ ਚੇਂਜ ਨਾ ਕਰੋ ਜੇ ਤੁਹਾਡੀ ਪ੍ਰੋਫਾਈਲ ਕੈਨੇਡਾ ਲਈ ਸੂਟੇਬਲ ਹੈ ਤੁਹਾਡੇ 6E ਚ ਬੈਂਡ ਨੇ ਤੁਸੀਂ ਰੀਸੈਂਟ ਪਾਸ ਆਊਟ ਹੋ ਜਾਂ ਤੁਹਾਡਾ 2-3 ਸਾਲ ਦਾ ਗੈਪ ਹੈ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਚੋਂ 60-70% ਨੰਬਰ ਨੇ ਤਾਂ ਕੈਨੇਡਾ ਇੱਦਾਂ ਦੀਆਂ ਪ੍ਰੋਫਾਈਲਸ ਨੂੰ ਅੱਜ ਵੀ ਵੀਜ਼ਾ ਦੇ ਰਿਹਾ ਹੈ ਰਿਫਿਊਜ਼ਲ ਸਿਰਫ ਉਹਨਾਂ ਦੀਆਂ ਆਈਆਂ ਨੇ ਮੈਂ ਆਪਣੇ ਆਫਿਸ ਦੀ ਗੱਲ ਕਰਾਂ ਸਾਡੇ ਕੋਲ ਕਾਉਂਸਲਿੰਗ ਲਈ ਬਹੁਤ ਸਾਰੇ ਬੱਚੇ ਆਉਂਦੇ ਨੇ ਰਿਫਿਊਜ਼ਲ ਉਹਨਾਂ ਸਟੂਡੈਂਟਸ ਦੇ ਆਈਆਂ ਨੇ ਜਿਨ੍ਹਾਂ ਨੇ 5.5 'ਤੇ ਫਾਈਲਾਂ ਲਾਈਆਂ ਨੇ 2 ਚੋਂ 5.5 'ਤੇ ਫਾਈਲਸ ਲਾਈਆਂ ਨੇ ਜਾਂ ਕੋਈ ਕਾਲਜ ਇੱਦਾਂ ਦਾ ਚੂਜ਼ ਕੀਤਾ ਜਿੱਥੇ ਕਿ ਉਹਨਾਂ ਦਾ ਕੋਰਸ ਹੀ ਨਹੀਂ ਹੈਗਾ ਜਾਂ ਫਿਰ ਆਪਣੀ ਜਿਹੜੀ ਉਹਨਾਂ ਦੀ ਸਟੱਡੀ ਹੈ ਸਟੱਡੀ ਦਾ ਪ੍ਰੋਗਰੈਸ਼ਨ ਨਹੀਂ ਹੈਗਾ ਜੋ ਵੀ ਉਹਨਾਂ ਨੇ ਕੈਨੇਡਾ ਦੇ ਵੀਜ਼ਾ ਦੇ ਵਿੱਚ ਆਪਣੇ ਡਾਕੂਮੈਂਟਸ ਲਗਾਏ ਉਹਦੇ ਵਿੱਚ ਉਹਨਾਂ ਦੀ ਪ੍ਰੋਗਰੈਸ਼ਨ ਨਹੀਂ ਦਿਖ ਰਹੀ ਕਿ ਉਹਨਾਂ ਨੇ ਬੀਕੌਮ ਤੋਂ ਬਾਅਦ ਇੱਕ ਸਿੰਪਲ ਜਿਹਾ PG ਡਿਪਲੋਮਾ ਲੈ ਲਿਆ ਬਟ ਜਿਹੜਾ ਬੀਕੌਮ ਦਾ ਲੈਵਲ ਸੀ ਉਹਨਾਂ ਦੀ ਬੈਚਲਰ ਦਾ ਲੈਵਲ ਸੀ ਉੱਥੇ ਨਾਲੋਂ ਜ਼ਿਆਦਾ ਸੀਗਾ ਜਿਹੜੀ ਸਟੱਡੀ ਉਹ ਕੈਨੇਡਾ ਦੇ ਵਿੱਚ ਕਰਨ ਜਾ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਤੁਸੀਂ ਰੱਖਣਾ ਹੈ ਏਜੰਟਸ ਨੇ ਤਾਂ ਸਿਰਫ ਔਰ ਸਿਰਫ ਤੁਹਾਨੂੰ ਵੀਜ਼ਾ ਪਿੱਚ ਕਰ ਦੇਣਾ ਹੈ ਉਹਨਾਂ ਨੇ ਆਪਣੀ ਕਾਉਂਸਲਿੰਗ ਜੋ ਕਿ ਸਾਰਿਆਂ ਨੂੰ ਪਿੱਚ ਕਰਦੇ ਨੇ 2 ਚੋਂ 5.5 ਵਾਲਿਆਂ ਨੂੰ ਕਰਦੇ ਨੇ 7 ਬੈਂਡ 8 ਬੈਂਡ ਵਾਲਿਆਂ ਨੂੰ ਕਰਦੇ ਆ ਉਹ ਸਾਰਿਆਂ ਨੂੰ ਸੇਮ ਹੀ ਕਰਨੀ ਹੈ ਬਟ ਜਿਹੜੀ ਤੁਹਾਡੀ ਪ੍ਰੋਫਾਈਲ ਹੈ ਉਹ ਤੁਹਾਡੀ ਇੰਡੀਵਿਜੂਅਲ ਪ੍ਰੋਫਾਈਲ ਹੈ ਤੁਸੀਂ ਆਪਣੀ ਪ੍ਰੋਫਾਈਲ ਦੇ ਹਿਸਾਬ ਨਾਲ ਹੀ ਰਿਸਰਚ ਕਰਨੀ ਹੈ ਜੇ ਤੁਸੀਂ ਮੰਨ ਲਓ ਸਟੈਮ ਦੇ ਵਿੱਚੋਂ ਤੁਸੀਂ ਸਾਇੰਸ ਦੇ ਵਿੱਚ ਕੁਝ ਕੀਤਾ ਹੋਇਆ ਜਾਂ ਤੁਸੀਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਹੈਗੇ ਹੋ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਜਾਂ ਫਿਰ ਤੁਸੀਂ ਮੈਡੀਕਲ ਕੀਤਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਨੇ ਕਿ ਤੁਸੀਂ ਕਿਹੜੀ ਚੀਜ਼ ਕੀ ਸੋਚ ਕੇ ਕੀਤੀ ਹੈ ਅਤੇ ਅੱਗੇ ਤੁਸੀਂ ਫਿਊਚਰ ਦੇ ਵਿੱਚ ਕੀ ਆਪਣਾ ਪਲਾਨ ਕਰ ਰਹੇ ਹੋ ਬਟ ਜੇ ਤੁਸੀਂ ਏਜੰਟ ਦੇ ਹਿਸਾਬ ਨਾਲ ਚੱਲੋਗੇ ਹਰ ਇੱਕ ਏਜੰਟ ਕੋਲ ਕੋਈ ਨਾ ਕੋਈ ਕਾਲਜ ਕੋਈ ਨਾ ਕੋਈ ਯੂਨੀਵਰਸਿਟੀ ਐਕਸਕਲੂਸਿਵ ਹੁੰਦੀ ਹੈ ਉਹ ਸਿਰਫ ਔਰ ਸਿਰਫ ਉਹਨਾਂ ਨੂੰ ਹੀ ਪ੍ਰਮੋਟ ਕਰਦੇ ਨੇ ਜਾਂ ਉਹਨਾਂ ਨੂੰ ਹੀ ਵੇਚਣਾ ਚਾਹੁੰਦੇ ਨੇ ਇੱਥੇ ਤੁਹਾਡੀ ਸਮਝਦਾਰੀ ਹੈ ਕਿ ਤੁਸੀਂ ਕਿੰਨੇ ਕੁ ਸਮਝਦਾਰ ਹੋ ਅਤੇ ਕਿਵੇਂ ਤੁਸੀਂ ਆਪਣੀ ਕੰਟਰੀ ਆਪਣਾ ਪ੍ਰੋਵਿੰਸ ਆਪਣਾ ਕਾਲਜ ਅਤੇ ਆਪਣਾ ਕੋਰਸ ਚੂਜ਼ ਕਰਦੇ ਹੋ ਅਤੇ ਸਭ ਤੋਂ ਜ਼ਰੂਰੀ ਗੱਲ ਆਪਣਾ ਏਜੰਟ ਆਪਣਾ ਕੰਸਲਟੈਂਟ ਉਹ ਤੁਸੀਂ ਕਿੱਦਾਂ ਚੂਜ਼ ਕਰਦੇ ਹੋ ਪਹਿਲਾਂ ਲੱਗੇ ਹੋਏ ਵੀਜ਼ੇ ਦੇਖ ਲਓ ਜਾਂ ਫਿਰ ਉਹਨਾਂ ਦੀਆਂ ਕੁਛ ਕੁ ਵੀਡੀਓ 'ਤੇ ਹੀ ਰਿਸਰਚ ਕਰ ਲਓ ਕਿ ਉਹਨਾਂ ਨੇ ਕਿੰਨੀ ਕੁ ਨੌਲੇਜ ਵੰਡ ਰਹੇ ਨੇ ਜਾਂ ਕਿੰਨੀ ਕੁ ਉਹਨਾਂ ਵੱਲੋਂ ਰਿਸਰਚ ਕੀਤੀ ਜਾਂਦੀ ਹੈ ਜੋ ਵੀ ਰਿਜ਼ਲਟਸ ਨੇ ਜਾਂ ਜੋ ਕੰਟਰੀਜ਼ ਨੇ ਕਿਹੜੀ ਕੰਟਰੀਜ਼ ਲਈ ਉਹ ਸਪੈਸ਼ਲਿਸਟ ਨੇ ਸੋ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਬਾਕੀ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ 'ਚ